ਸਾਡੇ ਵਾਸਤੇ ਸਭ ਤੋਂ ਵੱਡੀ ਚੀਜ਼ ਹੈ ਇਹ ਕਿ ਸਾਡਾ ਜੀਣਾ ਮਰਨਾ ਰਸੂਲ ਦਾ ਵਾਸਤਾ। ਇਸ ਤੋਂ ਵੱਡੀ ਗੱਲ ਕੋਈ ਨਹੀਂ। ਸਾਡੇ ਜਨਾਜ਼ਿਆਂ ਤੋਂ ਲੈ ਕੇ ਸਾਡੇ ਸ਼ਾਦੀਆਂ ਤੱਕ ਹਰ ਜਗ੍ਹਾ ਤੇ ਨਾਰਾ ਮੇਰੇ ਆਪਾਂ ਵਾਲਾ ਲੱਗਦਾ, ਸਾਡੇ ਵਾਸਤੇ ਹੀ ਬੜੀ ਇਜ਼ਾਜ਼ ਦੀ ਬਾਤ ਹੈ। ਇਹ ਬੜੀ ਵੱਡੀ ਬਾਤ ਹੈ ਕਿ ਜਨਾਬ ਸਾਡੇ ਖੁਸ਼ੀਆਂ ਦੇ ਗਮੀਆਂ ਦੇ ਅੰਦਰ ਮੇਰੇ ਆਪਾਂ ਵਾਲਾ ਦਾ ਤਿਸਕਰਾ ਹੁੰਦਾ ਹੈ। ਅਸੀਂ ਉਹ ਖੁਸ਼ ਨਸੀਬ ਲੋਕ ਹਾਂ ਕਿ ਜਿੱਥੋਂ ਗੁਜ਼ਰਨੇ ਆ ਲੋਕ ਕਹਿੰਦੇ ਨੇ ਲਬੈਕ ਵਾਲੇ ਜਾ ਰਹੇ। ਗੱਲ ਸਿਰਫ ਇਤਨੀ ਹੈ ਕਿ ਭਾਈ ਸਾਹਿਬਾਂ ਦੁਨੀਆਂ ਤੋਂ ਰੁਖਸਤ ਹੋ ਗਈਆਂ। ਅੱਲਾਹ ਤਾਲਾ ਉਹਨਾਂ ਨੂੰ ਸਈਦ ਅਬਦੀਆਂ ਕਲੀਜ਼ਾਂ ਦੇ ਅੰਦਰ ਜਗ੍ਹਾ ਤਾਂ ਫਰਮਾਇਆ। ਅੱਲਾਹ ਤਾਲਾ ਉਹਨਾਂ ਦੇ ਤਮਾਮ ਮਨਾਜ਼ਰ ਵੀ ਆਸਾਨ ਫਰਮਾਇਆ, ਸਾਡੀਆਂ ਦੁਆਵਾਂ ਉਹਨਾਂ ਦੇ ਆ ਕੇ ਕਬੂਲ ਫਰਮਾਇਆ। ਮੇਰੇ ਪਿਆਰਿਓ, ਇਹੀ ਪੈਗਾਮ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਰਿਹਾ, ਤੁਸੀਂ ਆਪਣੇ ਘਰਾਂ ਤੱਕ ਪਹੁੰਚਾਉਣਾ। ਘਰਾਂ ਦੇ ਅੰਦਰ ਬੈਠੀਆਂ ਸਾਡੀਆਂ ਬੇਟੀਆਂ, ਭੈਣਾਂ, ਮਾਵਾਂ ਸਭ ਤੱਕ ਇਹ ਮੈਸੇਜ ਦੇਣਾ ਸੀ ਕਿ ਦੁਨੀਆ ਤੋਂ ਸਭ ਨੇ ਜਾਣਾ ਹੈ, ਤੁਸੀਂ ਵੀ ਜਾਣਾ ਹੈ ਤੇ ਅਸੀਂ ਵੀ ਜਾਣਾ ਹੈ। ਇਤਨਾ ਇੱਕ ਆਪਣੀ ਨਸਲ ਦੀ ਤਿਆਰੀ ਜ਼ਰੂਰ ਕਰਕੇ ਜਾਓ ਕਿ ਜਦੋਂ ਦੀਨ ਤੇ ਮੁਸ਼ਕਿਲ ਵਕਤ ਆਏ ਤੁਸੀਂ ਆਪਣੇ ਔਲਾਦ ਦੇ ਪੈਰਾਂ ਦੀ ਜ਼ੰਜੀਰ ਨਾ ਬੜੋ, ਬਲਕਿ ਉਹਨਾਂ ਦੇ ਕੰਧੇ ਤੇ ਹੱਥ ਰੱਖ ਕੇ ਆਖੋ, ਚੱਲ ਮੇਰਾ ਪੁੱਤਰ, ਮੈਂ ਤੈਨੂੰ ਪਾਲਿਆ ਹੀ ਰਸੂਲੁੱਲਾਹ ਦੀ ਇੱਜ਼ਤ ਵਾਸਤਾ। ਤੇਰੀ ਪਰਵਰਿਸ਼ ਦਾ ਮਕਸਦ ਹੀ ਰਸੂਲੁੱਲਾਹ ਦੀ ਇੱਜ਼ਤ ਦਾ ਪਹਿਰਾ ਸੀ। ਤੇਰੀ ਮਕਸਦ ਪਰਵਰਿਸ਼ ਦਾ ਮਕਸਦ ਹੀ ਰਸੂਲੁੱਲਾਹ ਦੇ ਦੀਨ ਦੇ ਉੱਤੇ ਕੁਰਬਾਨੀ ਸੀ। ਐਸੀ ਹੀ ਹੈ ਮਾਂ ਦਾ ਨਸਰਾ ਕਰਕੇ ਆਪਣੀ ਤਕਰੀਰ ਨੂੰ ਅਖਤਾਮ ਦੀ ਜਾਨਬ ਲੈ ਜਾਣਾ। ਉਸ ਮਾਂ ਦਾ ਨਾਮ ਹੈ ਹਜ਼ਰਤ ਅਸਮਾ ਬਿੰਤ ਅਬੀ ਬਕਰ। ਹਜ਼ਰਤ ਸਿੱਦੀਕ ਅਕਬਰ ਦੀ ਬੇਟੀ ਹਜ਼ਰਤ ਸੈਯਦਾ ਤੈਯਬਾ ਅਮਾ ਆਇਸ਼ਾ ਸਿੱਦੀਕ ਰਜ਼ੀਅੱਲਾਹੁ ਤਾਲਾ ਅਨਹਾ, ਉਹਨਾਂ ਦੀ ਬੜੀ ਹਮਸ਼ੀਰਾ, ਔਰ ਹਜ਼ਰਤ ਅਬਦੁੱਲਾ ਬਿਨ ਜ਼ੁਬੈਰ ਦੀ ਵਾਲਿਦਾ ਹਜ਼ਰਤ ਜ਼ੁਬੈਰ ਬਿਨ ਅਵਾਮ ਦੀ ਅਹਲੀਆ, ਤੇ ਉਹ ਇਜ਼ਾਜ਼ ਵਾਲੀ ਖਾਤੂਨ ਜਿਹਨੂੰ ਇਸਲਾਮ ਜ਼ਿੰਦਤਾ ਕੈਨ ਦੇ ਲਕਬ ਨਾਲ ਯਾਦ ਕਰਦਾ ਹੈ। ਕਹਿੰਦੇ ਤਾਂ ਕਹਿੰਦੇ ਨੇ ਕਮਰ ਬਦਰੋ, ਤੇ ਮੇਰੇ ਕਰੀਬ ਆਕਾ ਜਿਸ ਵਕਤ ਹਿਜਰਤ ਦੇ ਮੌਕੇ ਤੇ ਸਿੱਧੀ ਦੇ ਫਰਬਾਦ ਨੂੰ ਆਪਣੇ ਨਾਲ ਲੈ ਕੇ ਤਸ਼ੀਬ ਲੈ ਗਏ। ਇਹਨਾਂ ਹਜ਼ਰਤ ਅਬੂ ਫੁਕਿਆ ਦੇ ਹੱਥ ਇੱਕ ਤਰ੍ਹਾਂ ਖਾਣਾ ਭੇਜਿਆ, ਤੇ ਉਹ ਗਾਇਰੇ ਉਦੋਂ ਇਹ ਤੇ ਹਾਲਾਤ ਹੈ ਨਹੀਂ ਸਨ ਜਿਹੜੇ ਸਾਡੇ ਘਰ ਹੋਣ ਹੁੰਦੇ ਨੇ। ਇਹ ਜਨਾਬ ਰੋਟੀਆਂ ਬੰਨਣ ਤੇ ਪਹਿਨੇ ਦੇ ਮੋਢੇ ਜਨਾਬ ਜੋੜ ਲੈਂਦੇ। ਇੱਕ ਦਿਨ ਜਨਾਬ ਕੱਪੜਾ ਭੇਜਿਆ, ਦੂਸਰੇ ਦਿਨ ਭੇਜਿਆ, ਤੀਸਰੇ ਦਿਨ ਕੋਈ ਕੱਪੜਾ ਬੰਨਣ ਵਾਸਤੇ ਜਨਾਬ ਹੈ ਨਹੀਂ ਸੀ ਤੇ ਕਮਰ ਬੰਦ ਹੈ ਸੀ। ਆਪਣੇ ਫੋਨ ਨੂੰ ਜਨਾਬ ਖੋਲ ਕੇ ਦੋ ਟੁਕੜੇ ਕੀਤੇ, ਇੱਕ ਨੂੰ ਦੁਬਾਰਾ ਫਿਰ ਬੰਨ ਲਿਆ, ਤੇ ਇੱਕ ਜਨਾਬ ਆਲਾ ਦੇ ਅੰਦਰ ਸਰਕਾਰ ਵਾਸਤੇ ਫਿਰ ਖਾਣਾ ਬੰਨ ਕੇ ਜਨਾਬ ਆਲਾ ਭੇਜਿਆ। ਤੇ ਇਹ ਕਿਆਮਤ ਤੱਕ ਇਸ ਭਾਈ ਸਾਹਿਬਾਂ ਨੂੰ ਅੱਲਾ ਨੇ ਲਕਬ ਦਿੱਤਾ ਕਿ ਇਹਦਾ ਲਕਬ ਵੀ ਬਣ ਗਿਆ ਸਿਰ ਦੀ ਤਾਕ ਹੈ, ਦੋ ਦੀ ਤਾਕ ਵਾਲੀ। ਇਸ ਵੇਲੇ ਜਨਾਬ ਆਲਾ ਮਦੀਨੇ ਦੇ ਅੰਦਰ ਸਭ ਤੋਂ ਪਹਿਲੇ ਮੁਹਾਜਰੀਨ ਦੇ ਘਰ ਚ ਬੇਟਾ ਪੈਦਾ ਹੋਇਆ, ਤੇ ਇਹ ਇਜ਼ਾਜ਼ ਜਿਹੜੀ ਇਸ ਬੀਬੀ ਨੂੰ ਹੋਇਆ, ਅੱਲਾ ਨੇ ਇਹਦੇ ਘਰ ਦੇ ਅੰਦਰ ਬੇਟਾ ਪੈਦਾ ਕਰਵਾਇਆ। ਜੋ ਜਨਾਬ ਆਲਾ ਸਰਕਾਰ ਦੀ ਬਾਰਗਾਹ ਦੇ ਅੰਦਰ ਲਿਆਇਆ ਗਿਆ, ਮੇਰੇ ਕਰੀਮਾ ਕਰ ਲੋ ਬੇਟਾ ਨੇ ਮੋਟ ਪਾ ਕੇ ਘੁੱਟੀ ਦਿੱਤੀ, ਮੇਰੇ ਪਾਪ ਨਬੀ ਨੇ ਉਹਦਾ ਨਾਮ ਦੁਲਾ ਰੱਖਿਆ। ਇਸ ਵੇਲੇ ਜਨਾਬ ਉਹਦੀ ਪਰਵਰਿਸ਼ ਸ਼ੁਰੂ ਕੀਤੀ ਹੈ। ਇਹ ਮਾਂ ਹੈ ਜੋ ਆਪਣੇ ਬੱਚੇ ਨੂੰ ਕਦਮ ਕਦਮ ਦੇ ਉੱਤੇ ਅਹਿਸਾਸ ਦਿਲਾਉਂਦੀ ਹੈ, ਮੇਰਾ ਬੇਟਾ ਤੇਰਾ ਚੀਣਾ ਵੀ ਹਜ਼ੂਰ ਵਾਸਤੇ, ਤੇਰਾ ਮਰਨਾ ਵੀ ਹਜ਼ੂਰ ਵਾਸਤੇ। ਬੱਚੇ ਦੀ ਉਮਰ ਜਨਾਬ ਆਲਾ 73 ਸਾਲ ਹੋ ਗਈ ਹੈ, ਔਰ ਮਾਂ ਤੇ ਬੇਟਾ ਜਨਾਬ ਆਲਾ 27 ਸਾਲਾਂ ਦੀ ਉਮਰ ਦੇ ਅੰਦਰ ਡਿਫਰੈਂਸ ਹੈ। ਜਿਸ ਵਕਤ ਜਨਾਬ ਮੱਕੇ ਦਾ ਮੁਹਾਸਰਾ ਕੀਤਾ ਹਜ਼ਾਰ ਦੀਆਂ ਫੌਜਾਂ ਨੇ, ਤੇ ਆਪ ਨੂੰ ਆਪਣੇ ਸਾਥੀ ਵੀ ਛੋੜ ਗਏ। 6 ਮਹੀਨੇ ਦੇ ਮੁਹਾਸਰੇ ਤੋਂ ਬਾਅਦ, ਬੜੇ ਸਾਥੀਆਂ ਦੀ ਕੁਰਬਾਨੀਆਂ ਤੋਂ ਬਾਅਦ, ਜਿਸ ਵੇਲੇ ਬੜੀ ਕੋਸ਼ਿਸ਼ ਕੀਤੀ ਗਈ ਛਾਪਾ ਮਾਰ ਕਾਰਵਾਈਆਂ ਦੇ ਵਿੱਚ ਬਾਬਾ ਗ੍ਰਿਫਤਾਰ ਕਰੀਏ, ਤੇ 73 ਸਾਲ ਦਾ ਬਾਬਾ ਦੋਵੇਂ ਹੱਥਾਂ ਵਿੱਚ ਤਲਵਾਰਾਂ ਲੈ ਕੇ ਨਿਕਲਦਾ ਹੈ। 3000 ਸਿਪਾਹੀ ਬਾਬੇ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ, ਹੱਤਾ ਕਿ ਉਹਨਾਂ ਪੇਸ਼ਕਸ਼ ਕੀਤੀ ਬਾਬਾ ਸਾਡੇ ਨਾਲ ਰਲ ਜਾ, ਅਸੀਂ ਜਨਾਬ ਆਲਾ ਤੇਰੇ ਨਾਲ ਖੜੇ ਹੁੰਦੇ ਹਾਂ, ਮਿਹਰਬਾਨੀ ਫਰਮਾ ਹਕੂਮਤ ਇਲਾਕੇ ਦੀ ਤੈਨੂੰ ਦਿੰਦੇ ਹੋ, ਅਰੀ ਅਸੀਂ ਇੱਥੇ ਬੈਤ ਕਰ ਲਿਆ, ਮਿਹਰਬਾਨੀ ਕਰ ਕੁਛ ਜਨਾਬ ਆਲਾ ਆਪਣੇ ਤਰਮ ਕਰ, ਤੇਰੇ ਰੰਗੇ ਗਲੇ ਮਰਨੇ ਨਹੀਂ ਚਾਹੀਦੇ। ਆਪਣੇ ਫਰਮਾਇਆ ਮੈਂ ਆਪਣੀ ਮਾਂ ਤੋਂ ਪੁੱਛਾਂ, ਸੁਣੋ ਫਿਰ ਕਿਹੜੀਆਂ ਮਾਵਾਂ ਆਉਂਦੀਆਂ ਨੇ, ਜਦੋਂ ਮਾਂ ਕੋਲ ਪੁੱਤਰ ਜਾ ਕੇ ਕਹਿੰਦਾ ਮਾਂ ਮੈਂ ਕੁਛ ਮਸ਼ਵਰਾ ਮੰਗਣ ਆਇਆ, ਤੇਰੀ ਰਜ਼ਾ ਪੁੱਛਣ ਆਇਆ, ਕੀ ਚਾਹ ਰਹੀ ਹੈ,
ماں نے کہا پتر میں چاہنی تیرا انجام دیکھ کے مرا، اللہ کرے اللہ تینوں فتح دے خوش ہو کے مرا گی، کہ اللہ تینوں اسلام دے نام تے شہادت دے گا اور زیادہ خوش ہو۔ تقریباً ختم ہو چکی ہے، ماں نے پتر نو سنیا جدو یزید دی بیعت دی پیشکش ہوئی ہے، مشورہ کرایا ماں نے کیا ذرا قریب آؤ، جو لفظ اماں نے بولے میں نہیں بول رہا، ماں نے پتر کا گریبان پکڑیا اپنے واسطے مر جا، میں صبر کرتا دیکھا تیری اما بے صبری نہیں ہے، یہ بھی تو صبر کر کے جاواں گی، زمانہ یاد کرے گا کہ ماں نے پتر تو لے آیا، حتا کہ جناب پتر نے ماں دی گل سنی، اکھیا اماں ناراض نہ ہو تیرا بیٹا پوتے لئی ملن تے مراں گا، لیکن انج تھکے دے کے ذرا ٹور ایک واری مل تے صحیح اپنے پتر رو، ماں نے فرمایا اچھا پھر آخر ماں تیری جناب آخری باری ہے، آخری باری تنو دعا ماں دے کے ٹورے ہو، ماں نے پیٹے نے دو میں بازوان میں ہاتھ لایا اندرو زیرا پائی ہوئی ہے، لویا محسوس ہویا، ماں کہتی ہے پتر ایک ہی ہے، آکی آپ نے آپ نے فرمایا میری ماں اس زیرا ہے اس واسطے پائی ہے میری لاش دے اوپر گھوڑے نہ دوڑا، تے کیونکہ او ایسے ظالم نے ہیں جنہاں حسین دے لاش دے گھوڑے دوڑایا، جنہاں علی اکبر دے لاش دے گھوڑے دوڑایا، جنہاں نوں رسول تے حیا نہیں آئی نقص نہیں آیا، میں اس واسطے تیرا پائی ہے میری لاش دے ٹکڑے نہ ہو جاواں، سن 100 سال دی ماں کہہ رہی ہے میرا پتر سنا لال جدو اسا جان انہوں دے دینی ہے بدن رکھ کے کی کریں۔